ਸੈਨਾ ਕੁਪਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਇਹ ਅਖਾਣ ਸਿਆਸੀ ਗਲਬੇ ਦਾ ਸ਼ਿਕਾਰ ਬਣੇ ਪੰਜਾਬੀਆਂ ਤੇ ਬੋਲ ਟੁੱਕਦਾ ਹੈ, ਜੋ ਆਪਣੀ ਜੇਬ ਵਿੱਚੋਂ ਪੈਸਾ ਖਰਚ ਕੇ ਚੋਣ ਪ੍ਰਤੀਕਿਰਿਆ ਪੂਰੀ ਕਰਦੇ ਨੇ ਤੇ ਉਮੀਦਵਾਰ ਅਗਲੀ ਚੋਣ ਆਉਂਦੇ ਹੀ ਆਪਣੀ ਨਾਮਜ਼ਦਗੀ ਭਰ ਦਿੰਦੇ ਨੇ। ਜੋ ਜਿੱਤ ਜਾਣ ਤਾਂ ਫਿਰ ਜ਼ਿਮਨੀ ਚੋਣ ਹੋਵੇਗੀ ਤੇ ਚੋਣਾਂ ਤੇ ਪੈਸਾ ਫਿਰ ਲੋਕਾਂ ਦੀ ਜੇਬ 'ਚੋਂ ਜਾਵੇਗਾ। ਸੋ ਸਾਲ 2019 ਦੀਆਂ ਚੋਣਾਂ 'ਚ ਅਕਾਲੀ ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ 8 ਵਿਧਾਇਕ ਲੋਕ ਸਭਾ ਜਾਣ ਲਈ ਚੋਣ ਮੈਦਾਨ ਵਿੱਚ ਨੇ ਤੇ ਪੰਜਾਬੀ ਲੋਕ ਸਭਾ ਚੋਣ ਤੋਂ ਬਾਅਦ ਜ਼ਿਮਨੀ ਚੋਣਾਂ ਲਈ ਵੀ ਤਿਆਰ ਰਹਿਣ। ਸੁਖਬੀਰ ਸਿੰਘ ਬਾਦਲ ਵਿਧਾਇਕ ਜਲਾਲਾਬਾਦ, ਸ਼੍ਰੋਮਣੀ ਅਕਾਲੀ ਦਲ ਤੋਂ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਨੇ ਤੇ ਦੂਜੀ ਹੀ ਸਾਈਡ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਲਹਿਰਾ ਗਾਗਾ, ਸ਼੍ਰੋਮਣੀ ਅਕਾਲੀ ਦਲ ਤੋਂ ਸੰਗਰੂਰ ਲੋਕ ਸਭਾ ਹਲਕੇ ਦੇ ਵਿਧਾਇਕ ਨੇ। ਡਾਕਟਰ ਰਾਜ ਕੁਮਾਰ ਚੰਬੇਵਾਲਾ ਵਿਧਾਇਕ ਚੰਬੇਵਾਲਾ, ਕਾਂਗਰਸ ਤੋਂ ਹੁਸ਼ਿਆਰਪੁਰ ਲੋਕ ਸਭਾ ਸੀਟ ਲਈ ਉਮੀਦਵਾਰ ਨੇ। ਸੋਮ ਪ੍ਰਕਾਸ਼ ਵਿਧਾਇਕ ਫਗਵਾੜਾ ਭਾਜਪਾ ਵੱਲੋਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ। ਬਰਜਿੰਦਰ ਸਿੰਘ ਵਿਧਾਇਕ ਤਲਵੰਡੀ ਸਾਬੋ, ਬਠਿੰਡਾ ਲੋਕ ਸਭਾ ਹਲਕੇ ਤੋਂ ਆਪ ਦੀ ਉਮੀਦਵਾਰ। ਸੁਖਪਾਲ ਸਿੰਘ ਖਹਿਰਾ ਵਿਧਾਇਕ ਭੁਲੱਥ, ਬਠਿੰਡੇ ਤੋਂ PDA ਦੇ ਉਮੀਦਵਾਰ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿੱਦੜਬਾਹਾ, ਬਠਿੰਡਾ ਤੋਂ ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਨੇ। ਮਾਸਟਰ ਬਲਦੇਵ ਸਿੰਘ ਵਿਧਾਇਕ ਜੈਤੋ, PDA ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਨੇ। ਸਿਮਰਨ ਸਿੰਘ ਬੈਂਸ ਵਿਧਾਇਕ ਆਤਮਨਗਰ ਲੁਧਿਆਣਾ ਤੋਂ PDA ਦੇ ਲੋਕ ਸਭਾ ਉਮੀਦਵਾਰ ਨੇ। ਜੇਕਰ ਉਕਤ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਜਾਂਦੇ ਹਨ ਤਾਂ ਉਹਨਾਂ ਦੇ ਵਿਧਾਨ ਸਭਾ ਹਲਕਿਆਂ ਤੇ ਜ਼ਿਮਨੀ ਚੋਣਾਂ ਹੋਣਾ ਲਾਜ਼ਮੀ ਹੈ। ਹਾਲਾਂਕਿ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ ਤਾਂ ਉਦੋਂ ਤਸਵੀਰ ਵਧੇਰੇ ਸਾਫ਼ ਹੋਵੇਗੀ, ਪਰ ਹਾਲੇ ਵੀ ਕੁਝ ਅਜਿਹੇ ਹਲਕੇ ਹਨ ਜਿੱਥੇ ਜ਼ਿਮਨੀ ਚੋਣ ਹਰ ਹਾਲਤ ਵਿੱਚ ਹੋ ਕੇ ਹੀ ਰਹੇਗੀ। ਸੁਖਪਾਲ ਖਹਿਰਾ ਵੱਲੋਂ ਨਵੀਂ ਪਾਰਟੀ ਬਣਾਉਣ ਕਾਰਨ ਉਹਨਾਂ ਨੂੰ ਅੱਜ ਹੀ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਜੇਕਰ ਉਹ ਆਮ ਚੋਣਾਂ ਨਹੀਂ ਜਿੱਤਦੇ ਹਨ ਤਾਂ 6 ਮਹੀਨੇ ਦੇ ਅੰਦਰ ਅੰਦਰ ਭੁਲੱਥ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ ਹੋਵੇਗੀ। ਕੁਝ ਇਹੋ ਹਾਲ ਹੁਸ਼ਿਆਰਪੁਰ ਲੋਕ ਸਭਾ ਸੀਟ ਦਾ ਹੈ। ਇੱਥੇ ਸਿੱਧਾ ਮੁਕਾਬਲਾ ਡਾਕਟਰ ਰਾਜ ਕੁਮਾਰ ਚੰਬੇਵਾਲਾ ਦੇ ਸੋਮ ਪ੍ਰਕਾਸ਼ ਵਿਚਕਾਰ ਹੈ। ਦੋਵੇਂ ਮੌਜੂਦਾ ਵਿਧਾਇਕ ਹਨ, ਜੋ ਜਿੱਤੇਗਾ ਆਪਣੇ ਹਲਕੇ ਦੇ ਲਈ ਜ਼ਿਮਨੀ ਚੋਣ ਕਰਵਾਉਣ ਲਈ ਜ਼ਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੁਲਕਾ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ, ਪਰ ਅਸਤੀਫਾ ਮਨਜ਼ੂਰ ਨਹੀਂ ਹੋਇਆ। ਉਧਰ ਜੈਤੋ ਤੋਂ ਵੀ ਆਪ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਪਿਛਲੇ ਸਮੇਂ ਦੌਰਾਨ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਅੱਜ ਆਪ ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਆਪਣੀ ਵਿਧਾਇਕੀ ਛੱਡ ਕੇ ਕਾਂਗਰਸ ਤੇ ਹੋ ਗਏ ਨੇ। ਦੋਵਾਂ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣ ਹੋ ਸਕਦੀ ਹੈ। ਜਿਨ੍ਹਾਂ ਲੀਡਰਾਂ ਨੇ ਸੁਣਵਾਈ ਸਿਆਸਤ ਹੀ ਕਰਨੀ ਹੈ, ਖਾਸ ਤੌਰ ਤੇ ਜਿਵੇਂ ਸੁਖਬੀਰ ਤੇ ਸੁਖਪਾਲ ਖਹਿਰਾ ਲੋਕ ਸਭਾ ਪਹੁੰਚ ਵੀ ਜਾਂਦੇ ਹਨ ਤਾਂ ਅਗਲੀ ਵਿਧਾਨ ਸਭਾ ਚੋਣ ਜ਼ਰੂਰ ਲੜਨਗੇ। ਇਸ ਵਾਸਤੇ ਕਿੰਨੀ ਸਰਕਾਰੀ ਮਸ਼ੀਨਰੀ ਤੇ ਜਨਤਾ ਦੇ ਪੈਸੇ ਖਰਾਬ ਹੋਣਗੇ, ਇਸ ਬਾਰੇ ਕੋਈ ਨਹੀਂ ਸੋਚ ਰਿਹਾ। ਲੋਕ ਸਭਾ ਨਤੀਜਾ ਕੁਝ ਵੀ ਹੋਵੇ, ਪਰ ਇਸ ਦਾ ਬੋਝ ਦੇਸ਼ ਦੀ ਆਮ ਜਨਤਾ ਤੇ ਹੀ ਪਵੇਗਾ। ਬਿਊਰੋ ਰਿਪੋਰਟ, ਬੁਲੰਦ ਟੀਵੀ।